ਵੀਰੇ ਅਸੀਂ 35 ਚੱਕ ਪਹੁੰਚੇ ਹੋਏ ਹਾਂ ਅਦਨਾਨ ਵੀਰਾ। ਇਹ ਅਦਨਾਨ ਵੀਰੇ ਦਾ ਦੋਸਤ ਆ ਇੰਤਜ਼ਾਰ ਭਾਈ, ਬਿਜਲੀ ਬੋਰਡ ਦੇ ਵਿੱਚ ਇਹਦੇ ਨਾਲ ਕਰਦਾ ਕੰਮ। ਇਹ ਅੱਗੇ ਇੰਤਜ਼ਾਰ ਭਾਈ ਦੇ ਦੋਸਤ ਆ ਇਮਰਾਨ ਵੱਟੂ ਸਾਹਿਬ, ਇਸ ਪਿੰਡ ਦੇ ਰਹਿਸ਼ੀ ਆ 35 ਚੱਕ ਦੇ, ਅਤੇ ਇਹ ਸਾਡੀ ਆ ਖਿਦਮਤ ਕਰ ਰਹੇ ਹਾਂ। ਦੇਖ ਲਓ ਬੋਤਲ, ਚਿਪਸ, ਚਾਹ, ਬਿਸਕੁਟ, ਰੋਟੀ ਦੇ ਮਗਰ ਚੜ੍ਹੇ ਹੋਏ ਹਾਂ, ਪਰ ਇੰਨਾ ਟਾਈਮ ਨਹੀਂ, ਤੈਨੂੰ ਪਤਾ ਅਦਨਾਨ ਵੀਰੇ ਦੇ ਪ੍ਰਾਹੁਣੇ ਆਉਣੇ ਆ। ਅਤੇ ਇਹ ਇਮਰਾਨ ਵੀਰੇ ਨੇ ਸਾਨੂੰ ਫਿਰ ਇਹਨਾਂ ਬਜ਼ੁਰਗਾਂ ਨਾਲ ਮਿਲਾਇਆ ਜਿਨ੍ਹਾਂ ਨੇ ਖੂਹ ਦਾ ਅਤੇ ਖਰਾਸ ਦਾ, ਤੁਹਾਡਾ ਨਾ ਜਿਹੜਾ ਨਾਮਧਾਰੀਆਂ ਦਾ ਖਰਾਸ ਤਾ ਅਤੇ ਖੂਹ ਤਾਂ ਇਹਦਾ ਦੱਸਿਆ। ਅਤੇ ਇਹ ਹੁਣ ਅਸੀਂ ਉਹ ਤੇਰੇ ਗਲੀ ਦੀ ਵੀ ਹੁਣ ਵੀਡੀਓ ਜਾ ਕੇ ਬਣਾਵਾਂਗੇ। ਇਹ ਭਾਈਆਂ ਨੇ ਬਹਿਰਾਲ ਇੱਥੇ ਸਾਨੂੰ ਬੜਾ ਜ਼ਬਰਦਸਤ ਵੈਲਕਮ ਕੀਤਾ। ਆ ਖਿਦਰਪੁਰੀਆ ਬੇਲੀ ਉਸਮਾਨ ਭਾਈ ਵੀ ਇੱਧਰ ਆਪਣਾ ਬੈਠਾ ਹੈ ਜੀ, ਅਤੇ ਅੱਲਾਹ ਖੈਰ ਰੱਖੇ। ਅੱਛਾ ਇਹ ਨਾ ਇੱਕ ਵੀਰੇ ਨੌਂ ਲੈਂਦੇ ਆ, ਕਿਹੜਾ ਖਰਲ ਜੀ, ਕਿਹੜੇ ਸਾਹਿਬ? ਬਾਬਾ ਸਨਤਾ ਖਰਲ, ਸ਼ੇਖ ਕਾ ਚੱਕ। ਅੱਛਾ ਤੁਸੀਂ ਉਹਨਾਂ ਦੇ ਪੋਤੇ ਆ। ਇਹ ਤੁਸੀਂ ਨਾ ਆਪਣੀ ਬੂਆ ਨੂੰ ਪੁੱਛਿਓ, ਤੁਹਾਡੀ ਬੂਆ ਨੂੰ ਪਤਾ ਹੋਣਾ, ਉਹ ਕਾਫੀ ਬਜ਼ੁਰਗਾਂ ਦੇ ਨਾਂ ਲੈਂਦੇ ਸੀ ਬਜ਼ੁਰਗ ਤੁਹਾਡੇ। ਉਹ ਬੂਆ ਬਾਬਾ ਸਨੱਤਾ ਖਰਲ, ਸ਼ੇਰ ਕੇ ਚੱਕ, ਉਹ ਇਹ ਉਹਨਾਂ ਦੇ ਪੋਤੇ ਆ, ਇਹ ਜਿਹੜੇ ਅਦਨਾਨ ਵੀਰੇ ਦੇ ਬੇਲੀ ਆ ਨਾ, ਜਿਨ੍ਹਾਂ ਨੇ ਸਾਨੂੰ ਇੱਥੇ ਇਮਰਾਨ ਵੱਟੂ ਭਾਈ ਨਾਲ ਮਿਲਾਇਆ। ਇਹ ਫਿਰੋਜ਼ਪੁਰੀਏ ਆ, ਇਹ ਫਿਰੋਜ਼ ਇਮਰਾਨ ਵੱਟੂ ਭਾਈ ਇਹ ਫਿਰੋਜ਼ਪੁਰ ਤੋਂ ਉੱਜੜ ਕੇ ਆਏ ਹੋਏ ਆ ਇੱਥੇ।